एक बार फिर से हम बी एस एफ सी आई एस एफ के जो एस्पायरेंट हैं उनके साथ हैं और कारण हम आपको बताएं कि डॉक्टर जतेंद्र सिंह जी जो हैं वो यहाँ पर आए हुए हैं और बच्चों को देखकर थोड़ा इग्नोर कर रहे हैं लेकिन बच्चे बहुत शरारती हैं क्योंकि अभी बच्चे हैं नादान हैं कुछ ना कुछ ऐसी मूवमेंट कुछ ना कुछ ऐसी हरकत ये जरूर करते हैं जिससे सामने वाले को एम्बेस जरूर होता है और हमें लगता है कि ऐसा पहला मोमेंट है यहाँ पर बच्चों की वजह से ही जो बड़े बड़े नेता हैं वो डर रहे हैं इस समय इस सिचुएशन में लेकिन डॉक्टर जितेंद्र सिंह जी ने कभी ऐसा नहीं सोचा था कि उनके जीवन में एक ऐसा मोमेंट आएगा कि उनका एक बयान उनके लिए इतना भारी पड़ जाएगा और उनको छुप छुप के फिरना पड़ेगा अब क्या ऐसा ऐसी घटना क्या हुई है कि हम ये कह रहे हैं कि इग्नोर कर रहे हैं डॉक्टर जितिंद्र सिंह जी बी एस एफ सी आई एफ के स्पायरेंट हो अच्छा पहले सुनाओ मेरा नाम अजय है अच्छा क्यों होया लगे कि डॉक्टर जितिंद्र सिंह जी तुझे इग्नोर करा करते डॉक्टर साहब ਆਪਣੇ ਬੱਚੇ ਦੁੰਦੇ ਆ। ਲੇਕਿਨ ਤੂੰ ਆਹੇ ਅੱਜ ਸੇਰਾ ਦੀ ਕੀ ਇਗਨੋਰ ਕਰਿਆ। ਇੱਕ 75 ਦਿਨਾਂ ਦੀ ਆਵਾਜ਼ ਸਾਡੀ ਮਲਾਟੀ ਹੋ ਜਾਂ ਪਈ ਵਿੱਚ। 75 ਦਿਨਾਂ ਦੇ ਦੁੰਦੇ ਨੇ ਆਵਾਜ਼ ਲਾ ਦੇ ਡਾਕਟਰਾਂ ਨਾਲ ਸਾਡੇ ਨਾਲ ਮਿਲੋ ਆਣੀਆਂ। ਸਾਡੇ ਨਾਲ ਮਿਲੋ ਆਣੀਆਂ। ਰਾਤੀਂ ਦੇ ਤੂੰ ਵੀ ਇੱਥੇ ਐ ਤਾਂ ਅਸੀਂ ਵੀ ਇੱਥੇ। ਤੂੰ ਆਪਣੇ ਘਰਾਂ ਦੇ ਅੰਦਰ ਬੈਠੇ ਆ ਤੇ ਦੁੰਦੇ ਘਰਾਂ ਬਾਹਰ ਬੈਠੇ। ਤੇ ਸੇਰਾ ਜਦੋਂ ਤੂੰ ਦੇ ਨਾਲ ਮਲਾਟੀ ਹੁੰਦੀ ਹੈ। ਜਨਾਬ ਸਾਡੇ ਲਈ ਘਰ ਦਾ ਮਲਾਈ ਜੰਦੀਆਂ ਨੇ। ਸਾਡੇ ਲਈ ਪੁਲਿਸ ਮਲਾਈ ਜਾਂਦੀ ਹੈ, ਸਾਡੇ ਲਈ ਕਮਾਂਡੋ ਬੁਲਾਈ ਜਾਂਦੇ ਨੇ। ਨੀ ਕਮਾਂਡੋ ਤਾਂ ਕਰ ਗੱਲ ਐ ਐਸਾ ਕਿਉਂ ਹੋਇਆ ਹਾਂਜੀ ਸਰ ਜਨਾਬ ਕੋਈ ਆਸ ਕੋਈ ਟੈਰਰਿਸਟ ਥੋੜੀਆਂ ਤੁੰਦੇ ਜੰਮੂ ਦਾ ਯੂਥ ਤੋਹੇ ਸਾਡੇ ਕੋਲ ਬੋਟ ਮੰਗੇ ਦੇ ਆਂੇ ਤੁਸੀਂ ਬੋਟ ਦਿੱਤੇ ਦੇ ਤੋਹੇ ਨੌਕਰੀਆਂ ਆਖਿਆ ਤੁਸੀਂ ਨੌਕਰੀਆਂ ਦੇ ਗੇ ਤੇ ਜੁਲਿਆ ਦੇਣੀ ਵਾਰੀ ਆਈ ਤੇ ਜਨਾਬ ਤੋਂ ਬੰਗਾਲ ਦੀ ਇਲੈਕਸ਼ਨ ਵੀਜੀ ਹੋਈ ਏ ਉੱਥੇ ਤੋਂ 75 ਲੱਖ ਨੌਕਰੀਆਂ ਵੰਡੀਆਂ ਏ ਤੇ ਸਾੜਲੇ ਦੋ ਯਾ ਨੌਕਰੀਆਂ ਨਹੀਂ ਸਾਹਮਣਾ ਤੁੰਦੇ ਸਾਹਮਣਾ ਗਏ ਦੇ ਤੁੰਦਾ ਬਿਲਕੁਲ ਸਾਹਮਣਾ ਖਲੋਤੇ ਦੇ ਆ ਤੋਹਾਂ ਹਾਂ ਦਿਖਾ ਦੇ ਵੀ ਬੱਚੇ ਕਿਹੜੇ ਨੇ ਖਲੋਤੇ ਨੇ ਇਹ ਤਾਂ ਨੀਆਂ ਕੀ ਤੋਹੇ ਸਾਡੇ ਕਣਾ ਪਛਾਣ ਨਹੀਂ ਹਨ ਕੋਈ ਐਸਾ ਲੀਡਰ ਹੋਣਾ ਜੂਸੀਂ ਸਾਡੇ ਕਣਾ ਪਛਾਣ ਨਹੀਂ ਹਨ ਔਰ ਤੋਹੇ ਆਂ ਸਾਹਮਣੇ ਦਿਖੀ ਇਗਨੋਰ ਕਰੀਆ ਅੱਗੇ ਜੀਆ ਇੱਕ ਫੋਨ ਮਲਾਈਆ ਸਾਲੇ ਇੱਕ ਮੰਡੋ ਮਂਗਾਈ ਲੋ ਸਾਲੇ ਪੁਲਿਸ ਮਂਗਾਈ ਲੋ ਆ ਕੋਈ ਡੇ ਹੋਣੀ ਹੀ ਹਨ ਇਹ ਤਾਂ ਤੁੰਦੇ ਬੱਚੇ ਤੋਹੇ ਸਾਡੇ ਵੋਟ ਲੈਤੇ ਤੋਹੇ ਉੱਥੇ ਭਾਲਿਆ ਜਿੱਥੇ ਕਦੇ ਤੋਹੇ ਸੋਚੇ ਨਹੀਂ ਹਨ ਕਦੇ ਸੁਪਨੇ ਚ ਨਹੀਂ ਸੋਚਿਆ ਕਿ ਤੂੰ ਦਿੱਲੀ ਕੁਰਸੀਰ ਬੈਠਣਾ ਹੈ ਤੂੰ ਦਿੱਲੀ ਕੁਰਸੀਰ ਵਾਲਿਆ ਹੈ ਤੇ ਤੂੰ ਤੇ ਕ ਕਰਾ ਬਾਹਰ ਬੈਠੇ ਰਿਆਸ ਤੇ ਤੂੰ ਆਏ ਦਿਖੀਏਗਾ ਆਖੋ ਬਲਾ ਨੀ ਜੀ ਬੱਚੇ ਕ ਨਾਲ ਮਿਲਨਾਂਗੀਆਂ ਨਾ ਵਜਾਗੇ ਯਾ ਤੂੰ 2000 ਵੈਕੈਂਸੀ ਲਿਆ ਕੇ 2000 ਵੈਕੈਂਸੀਆ ਦਿਓ ਬੱਚੇ ਘਰ ਭੇਜੋ ਅੱਗੂ ਵੀ ਤੂੰ ਸਪੋਰਟ ਕਰਗਣ ਇਹ ਫਿਰ ਇੰਜ ਸਿੱਧੀ ਗੱਲ ਹੋਈ ਜੀ ਨਾ ਕਿ ਮਤਲਬ ਤੂੰ ਹੀ ਸਾਡੇ ਵੋਟਾਂ ਜਰੂਰ ਦੇਣੀਆਂ ਜੰਮੂ ਕਸ਼ਮੀਰ ਦੇ ਵੋਟਾਂ ਹੀ ਨਾ ਜਰੂਰ ਦੇਣੀਆਂ ਇਹ ਤਾਂ ਫਿਰ ਡਾਇਰੈਕਟ ਗੱਲਬਾਤ ਹੋਈ ਨਾ ਤੁਹਾਡੀਆਂ ਲਗਾਮੀ ਇਹ ਕਿ ਤੁਸੀਂ ਡਾਇਰੈਕਟ ਗੱਲਬਾਤ ਕਰਾ ਕਰਦੇ ਹੋ ਡਾਕਟਰ ਜਤਿੰਦਰ ਸਿੰਘ ਜੀ ਜਨਾਬ ਉਹਨੇ ਆਏ ਇਹ ਆਖਿਆ ਕਿ ਸਾਡੇ ਸਾਹਮਣੇ ਬੈਠੋ ਸਾਡੇ ਜਾਵ ਨਹੀਂ ਪੰਜ ਮੂੜੇ ਬੁਲਾਇ ਲੋ ਆਪਣੇ ਕੋਲ ਉਹਦੇ ਸਾਹਮਣੇ ਬੈਠ ਕੇ ਗੱਲ ਕਰੋ ਤੁਸੀਂ ਕਿਵਾਂ ਗੱਲ ਕੀ ਕਿਹੜੀ ਵਜ੍ਹਾ ਕਰਕੇ ਤੁਹਾਨੂੰ ਇਹ ਨੌਕਰੀ ਨਹੀਂ ਦੇਣੀ ਜੇ ਵੀਐਸਐਮ ਐ ਨੌਕਰੀ ਦੇਣਾ ਚਾਹੁੰਦੀ ਹੈ ਇਹ ਸਾਡੀ ਸਰਕਾਰ ਦੀ ਕਾਮੀਆਂ ਨਾਲ ਜਿਹਦੀ ਵਜ੍ਹਾ ਕਰਨਾ ਹੈ ਨੌਕਰੀ ਨਹੀਂ ਮਿਲਦੀ ਕੀ ਸਰਕਾਰ ਚ ਇਹ ਜਾਂਦੀ ਹੈ ਕਿ ਜੰਮੂ ਕਸ਼ਮੀਰ ਦਾ ਯੂਥ ਖੱਜਲ ਹੁੰਦਾ ਰੋਵਾ ਦਰਬਾਰ ਹੁੰਦਾ ਰੋਵਾ ਮਲੇ ਤੁੰਦੀ ਕੇ ਦੇ ਨਾ ਫਿਰ ਚਲੋ ਇੰਦੇ ਕੰਨੇ ਵੀ ਗੱਲ ਕਰਨਾ ਅੱਛਾ ਤੁਸ ਵੀ ਕਹਦੇ ਉਸ ਮੇਰੇ ਮੈਂ ਨਹੀਂ ਗਿਆ ਸਰ ਕੀ ਇੱਥੇ ਸੰਭਣਾ ਸਰ ਕੋਈ ਪਿਛੂ ਇਹ ਲੰਦ ਕੋਲ ਪਾਵਰਾਂ ਕਿਵਾ ਬਾਕੀ ਉੱਧਰ ਜਾਂਦੇ ਪਿਛੂ ਟੰਡ ਫੁੜੀ ਚਗਾਂ ਚੁੱਕੋ ਬੈ ਗਿੰਦਾ ਚਲੋ ਥਾਣੇ ਅੰਦਰ ਕੀ ਆਖਣਾ ਇੰਦਾ ਅੱਛਾ ਚੁਕਾਈ ਵੀ ਉਡ ਦੇਣਾ ਚਗਾਂਦੇ ਸਾਰੇ ਲਪਾਵਰਾਂ ਦੇ ਆ ਤੁਸੀਂ ਬਾ ਫਿਰ ਨਹੀਂ ਇਹ ਜਿਹੜੀ ਜਿਹੜੀ ਗੱਲਬਾਤ ਸੁਣਾ ਕਰਦੈਨ ਤੁਸੇ ਤਰਾ ਸਮਝ ਆਈ ਕਿ ਕੁੱਥੂ ਦਾ ਇਨਸੀਡੈਂਟ ਹੈ ਕੁੱਥੇ ਡਾਕਟਰ ਜਦਿੰਦਰ ਸਿੰਘ ਜੀ ਮਿਲਣ ਨੇ ਕਿੰਨਾ ਪਾਰ ਕੇ ਸਰ ਗੁਰਦੁਆਰਾ ਤੂਏ ਬਸ ਅੱਛਾ ਇਸ ਗੁਰਦੁਆਰੇ ਤੋਂ ਕਰਨੇ ਕੇ ਪਾਰ ਕੇ ਉੱਥੇ ਕੀ ਕਰੇ ਸੈਰ ਕਰੇ ਮਾਰਨਿੰਗ ਬਾ ਕਰਾ ਦੇ ਅੱਛਾ ਹਾਂ ਤੇ ਫਿਰ ਜੋ ਲਹਿ ਗਏ ਤੇ ਡਾਕਟਰ ਸਾਹਿਬ ਉਹਨੇ ਪਾ ਲੱਗੀ ਹੈ ਕਿ ਇਹ ਬੀਐਸਐਫ ਸੀਐਸਐਫ ਫਿਰ ਤੇ ਉਹਨੇ ਦੇਖਿਆ ਨਜ਼ਰਾਂ ਫੇਰ ਲਈਆਂ ਦੁਈ ਵਾਰੀ ਇਹ ਆਖਾ ਦੇ ਕਿ ਜਲਦ ਦੂਆ ਰਾਉਂਡ ਲਾਇਆ ਉਹਨੇ ਤੇ ਉਹ ਨਿਊਜ਼ ਪੇਪਰ ਪੜਦੇ ਪੜਦੇ ਜਾਦੇ ਹੈ ਜਨਾਬ ਨਿਊਜ਼ ਪੇਪਰ ਕੁੰਦਾ ਪੜਾਏ ਤੋਹੇ ਇਹ ਤੋਹੇ ਕਾ ਬਿਆਨਬਾਜ਼ੀਆਂ ਕਰਨੇ ਆ ਉਹ ਨਿਊਜ਼ ਪੇਪਰ ਵਿੱਚ ਚਾਣੀ ਆ ਇਹ ਕੋਈ ਇਹ ਥੋੜੀ ਹੈ ਕਿ ਕੋਣ ਹੈ ਕੱਲ ਨਾਲੀ ਸਾਫ਼ ਕੀਤੀ ਤੇ ਉਹਦਾ ਨਿਊਜ਼ ਪੇਪਰ ਵਿੱਚ ਆ ਜਾਣਾ ਇਹ ਤੁੰਦੇ ਮਨਿਸਟਰ ਲੋਕਿਆਂ ਦਾ ਜਿਹੜਾ ਬਿਆਨਵਾਜੀ ਹੋ ਉਹ ਨਿਊਜ਼ ਪੇਪਰ ਵਿੱਚ ਚਾਹੁੰਦੀ ਆ ਤੇ ਜਾਂ ਤੁਸੀਂ ਜੇ ਝੂਠੇ ਵਾਦੇ ਕੀਤੇ ਹੋਣ ਉਹ ਨਿਊਜ਼ ਪੇਪਰ ਵਿੱਚ ਚਾਣੇ ਜਨਾਬ ਅਸੀਂ ਤੁੰਦੇ ਅੱਗੇ ਹੱਥ ਜੋੜੇ ਬੇਨਤੀ ਕਰਨੇ ਆ ਜਿਹੜੇ ਮੈਡੀਕਲ ਫਿੱਟ 1556 ਬੱਚਣ ਇਹਨੇ ਜਲਦੀ ਕੋਲ ਜਲਦੀ ਜਾਇਨਿੰਗ ਦਿੱਤੀ ਜਾ ਨੇ ਸਵੇਰੇ ਸਵੇਰੇ ਕੌਣ ਕੌਣ ਗਿਆਦਾ ਹ ਅੱਛਾ ਇਹ ਵੀ ਕਹਦਾ ਇੱਕ ਮਿੰਟ ਅੱਛਾ ਦੋਸ ਵੀ ਕਹ ਦੇਖੋ ਕੀ ਹੋਇਆ ਉਧਰ ਜਲਾਵਾ ਹੈ ਗਏ ਇਸ ਵੀ ਰਾਖਸ਼ ਵੀ ਸ਼ਹਿਰ ਕਰਨ ਚਲੀਏ ਹਮ ਹਮ ਸ਼ਹਿਰ ਕਰਨ ਗਏ ਤੇ ਅੱਗੇ ਡਾਕਟਰ ਸਾਹਿਬ ਉਹ ਉੱਥੇ ਸ਼ਹਿਰ ਕਰਾਏ ਇਹ ਆਏ ਪੰਜ ਸੱਤ ਪੰਜ ਸੰਗੀ ਕੁਝ ਸੁਣਾਇਆ ਜਦੋਂ ਸੇ ਪਤਾ ਲੱਗਿਆ ਕਿ ਇੱਥੇ ਡਾਕਟਰ ਸਾਹਿਬ ਸ਼ਹਿਰ ਕਰਨ ਆਏ ਅਸਾਂ ਆਏਗੇ ਚੱਕਰਾਂ ਲਾ ਕੇ ਦੇ ਸਰ ਚੱਕ ਲਾਨ ਕੇ ਦੇਤੇ ਅੱਗਾ ਉਥੇ ਘਾਰ ਦੇ ਗੁਰਦ ਲੱਗੀ ਸੀ ਆਹਾਂ ਦੇਖਿਆ ਕਿ ਇਹ ਘਾਰ ਦੇ ਜਿਹੜੀ ਇਧਰ ਲੱਗੀਆਂ ਦੀ ਉੱਥੇ ਲੱਗੀ ਸੀ ਮਾਂ ਹ ਸੋਚਿਆ ਕੋਈ ਆਦਨ ਕੋਈ ਥਾ ਜੋ ਲਾਹਾਂ ਅੱਗਾ ਗਏ ਤੇ ਅੱਗਾ ਦੇਖਿਆ ਡਾਕਟਰ ਸਾਹਿਬ ਹ ਸੈਰ ਕਰਾਏ ਅੱਛਾ ਤੇ ਆਹ ਸਾਰੇ ਸੇ ਹੱਤ ਮੁੜੇ ਆਹ ਸੇ ਹੱਤ ਮੁੜੇ ਹੱਥ ਬਣੀ ਝੜੋ ਹੀ ਹੁੰਦੇਗਾ ਹੱਥ ਬਣੀ ਝੜੋ ਹੀ ਹੈ ਜੋ ਲਾਉਣਾ ਸਾਨੂੰ ਦੇਖਿਆ ਨਾ ਜੋ 19 ਹੀ ਗਈਆਂ ਗਈਆਂ ਦੇਖਿਆ ਉਹਨੇ ਇੱਕ ਵਾਰ ਦੇਖਿਆ ਉਹਨੇ ਦੇਖ ਲਿਆ ਵੀ ਇਸਾ ਵਾਲੇ ਮੁੜ ਆਈਏ ਨਾ ਉਹਨੇ ਕਿਹਾ ਕਿ ਧੱਗ ਚਲੀਏ ਅੱਗਾ ਜੀ ਆ ਹੁੰਦੇ ਜਿਹੜੇ ਕਮਾਂਡੋ ਜਿਹੜਾ ਅਫਸਰ ਉਹਦੇ ਕੋਲੋਂ ਸਲਾਹ ਸੁਲੂ ਕੀਤੀ ਹੋ ਸਾਰੇ ਉਹਨੇ ਫੋਨ ਇੱਕੋ ਫੋਨ ਮਾਰਿਆ ਨਫਰੀ ਵੀ ਹੈਗੀ ਉਹਦੇ ਕਮਾਂਡੋ ਜਿਹੜੇ ਆਫਸਰ ਨੇ ਉਹਨੇ ਇੰਗੇ ਇੰਗੇ ਕੀਤਾ ਤੋਥਾ ਪੂਰੀ ਗੱਦ ਲੱਗੀ ਆਹਦੇ ਕੱਖਸ਼ ਕੀਤਾ ਨਹੀਂ ਹੋਣੀ ਫਿਰ ਉਹ ਦੂਰੇ ਆਉਣ ਚ ਆਇਓ ਨਿਊਜ਼ਪੇਪਰ ਪੜਦੇ-ਪੜਦੇ ਉਹਦੇ ਜਿਹੜੇ ਪੀਐਸ ਹੋਏ ਉਹਨੇ ਸਾਨੂੰ ਬੋਲਿਆ ਕਿ ਤੋ ਸੁਧਰ ਜਾਓ ਇਹ ਸੁਸਾਇਟੀ ਹੈ ਇਧਰੋਂ ਤੋ ਸੁਧਰ ਜਾਓ ਆਹਨੇ ਤੋਦੇ ਬੋਲ ਉਹਨੇ ਨਹੀਂ ਗੱਲ ਬੋਲੀ ਤੇ ਉੱਥੋਂ ਆ ਵਾਪਸ ਆਈਏ ਜਦੋਂ ਆਹ ਵਾਪਸ ਆਈਏ ਉਧਰੋਂ ਉਹਨੇ ਫੋਨ ਕੀਤਾ ਸਾਰੇ ਥਾ ਪੂਰੀ ਪੁਲਿਸ ਪੁਲਿਸ ਹੋਈ ਅੱਛਾ ਪੁਲਿਸ ਪੁਲਿਸ ਹੋਈ ਜੋਲਾ ਡਾਕਟਰ ਸਾਹਿਬ ਉਹ ਅੰਦਰ ਆਏ ਆਪਣੀ ਕੋਠੀ ਦੇ ਅੰਦਰ ਆਏ ਉੱਥੋਂ ਉਹਨੇ ਇੱਕ ਕਮਾਂਡੋ ਭੇਜਿਆ ਉਹਨੇ ਇਥੇ ਪੁਲਿਸਾਂ ਨੇ ਕੋਲ ਕਿ ਸਾਹਵਰ ਬੋਲੇ ਇਹ ਬੱਚੇ ਅੱਗਣੀਆਂ ਆਂਦੇ ਹੋ ਸਾਡੇ ਸਾਹਮਣੇ ਉਹਨੇ ਇਹ ਗੱਲ ਬੋਲੀ ਗਈ ਕਮਾਂਡੋ ਨੇ ਇਹ ਗੱਲ ਬੋਲੀ ਪੁਲਿਸਾਂ ਲਈ ਕਿ ਬੱਚੇ ਅੱਗਣੀਆਂ ਆਂਦੇ ਹੋ ਸਾਹਵਰ ਬੋਲੇ ਬੱਚੇ ਅੱਗਣੀਆਂ ਆਂਦੇ ਹੋ ਅੱਛਾ ਸਰਾਹੀਂ ਕਿਹੜਾ ਗੁਨਾਹ ਕਰਿਆ ਜਿਹੜਾ ਤੁਸੀਂ ਸਾਡੇ ਨਾਲ ਮਿਲਿਆ ਹੀ ਨਹੀਂ ਹੋ ਗਲਤੀ ਸਾੜੀ ਇਹ ਚੰਦੂੰਦੀ ਹੈ ਜਿਹੜਾ ਇਹ ਇਹਦਾ ਮਤਲਬ ਕਿ ਗਲਤੀ ਸਾੜੀ ਕੇ ਜਿਹੜੀਆਂ ਅਸੀਂ ਬੋਰਡ ਦਿੱਤਾ ਤੁਸੀਂ ਨਹੀਂ ਜਤਿੰਦਰ ਸਿੰਘ ਡਾਕਟਰ ਸਾਹਿਬ ਰਾਤ ਦੇ ਕਿ ਇਥੇ ਇਹ ਇੱਕ ਵਾਰੀ ਘਰ ਦੱਸਿਓ ਇਹ ਇਹ ਸਾਹਮਣੇ ਘਰ ਹਾਂਜੀ ਜੀ ਬਿਲਕੁਲ ਕਿੰਦੀ ਕੇ ਬਿਲਡਿੰਗ ਰਾਤੀ ਤੇ ਇੱਥੇ ਆਣ ਰਾਤੀ ਸਾਰੇ ਇੱਥੇ ਹੀ ਸ਼ਾਦੀ ਚਾ ਹਾਟਲ ਚ ਹੈ ਲੇਕਿਨ ਸਵੇਰੇ ਇੱਥੇ ਸੈਰ ਕਰਾ ਇਹ ਅੱਛਾ ਹਾਂਜੀ ਤੁਹਾਡੇ ਕੋਲ ਮਿਲਣੇ ਨਹੀਂ ਆਏ ਮਿਲਣ ਨਹੀਂ ਆਏ ਸਿਰ ਉਹਨੇ ਦਿਖਿਆ ਵੀ ਬਗਾਹਦਾ ਸਾਨੂੰ ਦਿਖਿਆ ਇਗਨੋਰ ਕੀਤਾ ਉਹਨੇ ਅੱਛਾ ਉਹਨੇ ਸਾਨੂੰ ਦਿਖਿਆ ਇਗਨੋਰ ਕਰਤਾ ਉਹਨੇ ਸਾਨੂੰ ਦਿਖਿਆ 5 6 ਸੈਕਿੰਡ ਉਹਨੇ ਸ਼ਾਲ ਧਿਆਨ ਨਾਲ ਦਿਖਿਆ ਸਾਨੂੰ 5 6 ਮੁੜੇ ਜਿਹੜੇ ਆਹ ਸਾਡੇ ਉਹਨੇ ਸ਼ਾਲ ਧਿਆਨ ਨਾਲ ਦਿਖਿਆ ਸਾਰੇ ਸਾਰੇ ਫੇਸ ਉਹਨੇ ਪਤਾ ਪਲਾਂ ਵੀ ਇਹ ਬੀਐਸਏ ਸੀਐਸਏ ਵਾਲਾ ਸਪਰੈਂਡ ਉਹਨਾਂ ਸ਼ੈਲਦਾਨ ਕਨੇ ਦਿਖਿਆ ਦਿਖਿਆ ਉਹਨੇ ਇਗਨੋਰ ਮਾਰਿਆ ਕਿੰਨੇ ਮੋੜੇ ਹਤਸਲ 6-7 ਮੋੜੇ ਸਰ ਤੁਸੀਂ ਵੀ ਸੈਰ ਕਰਨੇ ਕਿਹਾ ਸੀ ਹਾਂ ਜੀ ਜੀ ਬਿਲਕੁਲ ਤੁਸੀਂ ਵੀ ਜਾਂਦੇ ਸਵੇਰੇ ਸੈਰ ਕਰ ਸਵੇਰਾ ਸਾਰ ਸਾਰ ਕਰਨ ਜੰਨੇ ਉਹ ਆਸੀ ਥਾ ਪੂਰੇ ਦਿਨ ਬੈਠੀ ਬੈਠਿਆ ਸਾੜੀ ਲੱਤਾਂ ਡੇਡੀਆਂ ਮੈਂ ਚਲੋ ਸਾਰ ਕੇ ਕਰੀ ਜੰਨੇ ਸਵੇਰੇ ਜੰਨੇ ਉਹਨੇ ਸਾਰ ਕਰਨ ਤੇ ਅੱਗਾ ਉਹ ਸਾਰ ਕਰ ਆਹੇ ਤੇ ਫੇਰ ਆਹ ਜੋ ਇੱਧਰ ਆਏ ਵਾਪਸ ਥਾ ਇਹ ਜੋ ਉਹਨੇ ਬੋਲਿਆ ਹੁੰਦੇ ਜਿਹੜੇ ਪੀਐਸਓ ਉਹਨੇ ਬੋਲਿਆ ਕਿ ਇਧਰੋਂ ਜਾਓ ਤੁਸੀਂ ਉਧਰ ਆਣੇ ਆਣੇ ਤੇ ਇੱਥੇ ਪੁਲਿਸ ਲੱਗੀ ਆਹ ਸੋਚਿਆ ਕਿ ਸਾਰੋਂ ਨਾ ਆਣਾ ਇਧਰ ਆਹੇ ਇੱਥੇ ਬੈਠ ਕਮਾਂਡੋ ਆਂਦੇ ਨੇ ਉਹ ਇਹਨੇ ਬੋਲੀ ਜਾਂਦੇ ਸਾਬ ਹਣੀ ਪੁਲਿਸ ਵਾਲੇ ਸਾਬ ਹਣੀ ਉਹ ਆਖੇ ਸਾਬ ਉਹ ਰਾਖੇ ਪਲੀ ਇਹ ਬੱਚੇ ਅੱਗ ਨਹੀਂ ਆਂਦੇਓ ਸਰ ਅਹ ਕਿਹੜਾ ਗੁਨਾਹ ਕਰਦਾ ਅੱਗੇ ਕਿਥੇ ਮੈ ਲੰਦਕਾਰ ਕਰਾ ਕੋਲੀਆਂ ਆਂਦੇਓ ਆ ਅੱਛਾ ਉਹਨੇ ਜਾਣਾ ਹੁਣ ਉਧਰ ਗੇ ਬਸੋਲੀ ਵਾਲੇ ਛੱਡ ਗਏ ਇਹਨੂੰ ਮੀਟਿੰਗ ਚ ਹੁੰਦੀ ਕੁਝਾ ਉਧਰੋਂ ਛੱਡ ਜਾਣਾ ਹੋਣੇ ਸਾਨੂੰ ਮਿਲਣਾ ਟਾਈਮ ਨਹੀਂ ਸਰ ਉਹਦੇ ਕੋਲ ਸੜ ਉੱਠਾ 5 ਮੀਟਰ ਦਾ ਦਾਇ ਰਹਿਣੀ ਆ ਸਰ ਜਿੰਨਾ ਜੁੱਠਾ ਹੀ ਖੜੋਤੇ ਹੈ ਆ ਹੀ ਹੱਥ ਬਣੀਆਂ ਖੜੋਤੇ ਆ ਕਿਸ਼ ਆਖੇ ਨਹੀਂ ਹੋਣੀ ਨਹੀਂ ਇਹ ਵੀ ਬੜੀ ਵੱਡੀ ਗੱਲ ਹੈ ਜਿਹੜੀ ਤੁਸੀਂ ਹੱਥ ਬਣੀਆਂ ਖੜਾਉਣਾ ਵੀ ਇੱਕ ਬੜੀ ਵੱਡੀ ਸਰ ਐਡੀ ਵੱਡੀ ਪਾਵਰ ਇਹ ਨਾਰਾ ਕੰਮ ਨਹੀਂ ਕਰ ਸਕਦੇ ਇਹਨੇ ਕਰਨਾ ਕਿਹਾ ਜਬਕਿ ਇੰਦੇ ਹਰ ਮਨਿਸਟਰ ਜਿਹੜਾ ਵੀ ਆ ਹੁੰਦੇ ਬਿਹਾਨਵਾਜੀ ਤੋਂ ਦਿਖਿ ਖਿ ਲੋ 1356 ਵੈਕੈਂਸੀ ਉਹ ਆਨੇ ਫੁੱਲਫਿਲ ਕਰ ਜਿਹੜੀ ਤੇ ਉਹ ਖਤਮ ਹੋਈਆਂ ਕੰਮ ਜੇਕਰ ਇੱਥੇ ਕੰਮ ਖਤਮ ਹੋਈਏ ਤਾਂ ਸਰ ਵੀ ਐਸਾ ਫਾਲੇ ਕਹ ਲਈ ਤੁਸੀਂ ਬਾਰ ਬਾਰ ਲੈਟਰ ਭੇਜਿਆ ਦੇ ਕਿ ਸਾਨੂੰ 1600 ਵੈਕੈਂਸੀ ਦਿਓ ਆਹ ਬੱਚੇ ਜਿਹੜੇ ਆ ਨੇ ਉਹਨੇ ਜੋਇਨਿੰਗ ਦੇ ਚਾ ਵੀ ਐਸਾ ਫਾਲੇ ਚਾਹਦੇ ਸਰ ਕੀ ਸਾਨੂੰ ਵੈਕੈਂਸੀ ਮਿਲੇ ਤਾਂ ਆਹ ਬੱਚੇ ਫਿੱਟ ਗਾ ਚਾ ਲੇਕਿਨ ਇੰਦੀ ਤਰਫੋਂ ਕਹ ਲਈ ਨੀਟੇਲੇ ਹੋਈਆ ਕਿ ਕਿ ਇੱਕ ਇੰਦੇ ਇੱਕ ਹੀ ਚਾਹਦੇ ਨੇ ਕਿ ਸਾਨੂੰ ਬੱਚੇ ਜਿਹੜੇ ਜੰਮੂ ਕਸ਼ਮੀਰ ਦੇ ਜਿਹੜ ਜਬਕਿ ਵੀ ਬੀਐਸਐਫ ਹਰ ਬਾਰ ਬਾਰ ਇਹਨੇ ਰਿਮਾਈਂਡਰ ਭੇਜੀ ਆਦੇ ਕਿ 1600 ਵੈਕੈਂਸੀ ਸਾਨੂੰ ਦਿਓ ਜਿਹੜੇ ਬੱਚੇ ਆ ਫਿੱਟ ਕੀਤੇ ਤੇ ਆਹੀਂ ਉਹਨਾਂ ਨੂੰ ਜੁਆਇਨਿੰਗ ਦੇ ਚਾ ਸਾਰੀ ਗੱਲ ਸਾਰੇ ਇੰਦੇ ਬਰਾਨੀ ਮੁਕਦੀ ਆ ਤੇ ਇਹ ਦੇ ਚਾਹਦੇ ਗਈ ਆ ਕਿ ਸਾਡਾ ਜੰਮੂ ਦਾ ਜੂਸ ਖੱਜਲੋ ਵਾ ਇਹ ਤੁਸਾਂ ਹੀ ਲੱਗਾ ਕਰਦਾ ਲੱਗਾ ਸਾਰੇ ਲੱਗੇ ਸਾਰੇ ਪਾ ਸਾਰੇ ਜੂਸ ਗਿਆ ਪੂਰੇ ਜੰਮੂ ਦੇ ਪਾਸ ਚਲੀ ਜਾ ਹੁਣ ਕਿਉਂਕਿ ਸਾਰੇ ਪਾ ਪਰ ਬੀਐਸਐਫ ਬਾਰ ਬਾਰ ਇਹਨੇ ਰਿਮਾਈਂਡਰ ਭੇਜੀ ਆਦੀ ਆ ਉਹਨੇ ਕੀ ਮਤਲਬ ਸਾਰੇ ਘਨੇ ਕੇ ਲੈਣ ਦੇਣਾ ਸਾੜਾ ਕੋਈ ਸਾੜਾ ਕੋਈ ਰਿਲੇਟਿਵ ਨਹੀਂ ਆ ਬੀਐਸਐਫ ਵਾਲੇ ਜਿਹੜੇ ਉਹਨੇ ਬਾਰ ਬਾਰ ਆਈ ਲਾਸ਼ ਗੱਲ ਦੇ ਦੇ ਕੋਲ ਕੁ ਮੁਗਦੀ ਨੇ ਇੰਦਾ ਇੱਕ ਸਾਈਨ ਹੈ ਤੇ ਸਾਡੀ ਜ਼ਿੰਦਗੀ ਬਣੀ ਜਾਣੀ ਹੈ ਆਪਣੇ ਕਾਰਿਆਲੇ ਉਹਦੇ ਬਾਅਦ ਕਾਰਿਆਲੇ ਆਏ ਤੇ ਬਾਜਪਾ ਦੇ ਕਾਰਿਆਲੇ ਨਹੀਂ ਆਏ ਸਰ ਕਾਰਿਆਲੇ ਆਏ ਗੇਂ ਦੇ ਕੋਲ ਕਾਰਿਆਲੇ ਗੁਲਗੇ ਆਹ ਜਿਹੜੇ ਤੇ ਸਕਿਉਰਟੀ ਆ ਨਾ ਸਕਿਉਰਟੀ ਅਫਸਰ ਨੇ ਸਾਰਾ ਉਹਦੇ ਨਾਲ ਗੱਲ ਕੀਤੀ ਕਿ ਸਾਰਾ ਸਾਡੇ ਡਾਕਟਰ ਸਾਹਿਬ ਹੁੰਦੇ ਕਦੋਂ ਮਿਲਣਾ ਕੋਈ ਐਸਾ ਕੋਈ ਰੀਜ਼ਨ ਦੱਸੋ ਕਿ ਅਸੀਂ ਕਿੱਸੇ ਬੇਚ ਕਰਨ ਹੁੰਦੇ ਕਦੋਂ ਮਿਲ ਸਕਦਾ ਕਿੰਾਂ ਸਾਡੀ ਮੀਟਿੰਗ ਹੋਈ ਸੀ ਦੀ ਹੁੰਦੇ ਕਦੋਂ ਉਹਨੇ ਬੋਲਿਆ ਕਿ ਡਾਕਟਰ ਸਾਹਿਬ ਨੇ ਸਾਫ਼ ਬਣਾ ਕਿ ਤੇਰਾ ਜੁਲਮੇ ਦਫ਼ਤਰ ਚ ਆਏ ਨੇ ਬੱਚੇ ਸਾਡੇ ਨਾਲ ਕਦੇ ਨਹੀਂ ਮਿਲ ਦੇਣਾ ਕਲੀਅਰ ਕਲੀਅਰ ਬੋਲੀ ਲਾਉਣੇ ਕਿ ਜੋ ਲਮੇ ਦਫਤਰ ਆਵਾਂ ਬੱਚੇ ਕਨ ਨਹੀਂ ਮਿਲਣਾ ਜੋ ਡਾਕਟਰ ਸਾਹਿਬ ਉਹਨੇ ਕੋਈ ਸਰ ਕੋਈ 1.5 ਮਹੀਨਾ ਪਹਿਲੇ ਜਿਹੜਾ ਜਜ਼ਨਾ ਦੇ ਉਸ ਦਿਨ ਉਹਨੇ ਸਿਕਿਉਰਟੀ ਵਾਲਿਆਂ ਕੋਲ ਸਿਕਿਉਰਟੀ ਵਾਲਿਆਂ ਕੋਲ ਗਿਆ ਉਹਨੇ ਵੀ ਬੋਲਿਆ ਕਿ ਸਰ ਆਹ ਡਾਕਟਰ ਸਾਹਿਬ ਨਾਲ ਨਹੀਂ ਮਿਲਣਾ ਤੇ ਅੰਦਰ ਗੱਲ ਕਰੋ ਮੈਂ ਅੰਦਰ ਫੋਨ ਕੀਤਾ ਡਾਕਟਰ ਸਾਹਿਬ ਨੇ ਸਾਫ਼ ਇਨਕਾਰ ਕਰਕੇ ਜਿਹੜਾ ਕਿ ਆਹ ਨਹੀਂ ਮਿਲਣਾ ਤੇ ਤੁਸੀਂ ਨਾਰਾਜ਼ ਕਰੀਓੜੇ ਤਾਂ ਹੋਣਾ ਨਾ ਆ ਜਗ੍ਹਾ ਜਗ੍ਹਾ ਜਈਏ ਕੈਂਪੇਨ ਕਰਦੇ ਆ ਕਰ ਬਾਜਪਾ ਬਾਈਕਾਟ ਕਰੋ ਤੇ ਫਿਰ ਤੁਸੀਂ ਆਖ ਮਿਲੋ ਤੇ ਫਿਰ ਉਹ ਮਿਲਣ ਸਰ ਸਾਡਾ ਮਕਸਦ ਇਹ ਕੋਈ ਹੱਜਾ ਜੇਕਰ ਆਹ ਬੋਰਡ ਦੀ ਐ ਏਡੀ ਵੱਡੀ ਪਾਵਨੇ ਬਾਲੀ ਸਕਣੇ ਨਹੀਂ ਤੇ ਸਾ ਇਹ ਸਾਡਾ ਮਕਸਦ ਇਹ ਖੁੜੀ ਹੈ ਕਿ ਆਹੇ ਨੇ ਬਾਈਕਾਟ ਕਰਨਾ ਅਗਰ ਆਹੇ ਦਸ سپورਟ ਕਰ ਰਹੇ ਤੇ ਇਹਦਾ ਫਰਜ਼ ਨਹੀਂ ਬੰਦਾ ਕਿ ਜਿਹੜੇ ਤੁਸੀਂ ਵਾਦੇ ਕਰ ਰਹੇ ਹੋ ਵਾਦਾ ਇੱਕ ਅੱਧਾ ਪੂਰਾ ਵੀ ਕਹਿੜੋ ਤੁਸੀਂ ਹਰ ਜਗ੍ਹਾ ਝੂਠ ਕੋ ਬੋਲਨੇ ਹੁੰਨੇ ਹੋ ਤੁਸੀਂ ਪੂਰਾ ਕੀਤਾ ਘੁਤਾ ਕੱਲ ਸਾਡੇ ਵਸ ਪ੍ਰੈਜ਼ੀਡੈਂਟ ਆਵੇ ਆਦੇ ਇੰਡੀਆ ਦੇ ਸਰ ਉਹਨੇ ਪਾਣੀ ਕੁੱਥੂ ਕੁੱਥਾ ਲਈ ਜੀਆ ਜੰਮੂ ਦਾ ਦੌਰਾ ਕਰਨ ਆਏ ਦਿਖਾਇਆ ਜੰਮੂ ਆਲਾਦ ਕਿਨੇ ਨੇ ਉਨੇ ਭਾਵੇਂ ਕਿਥੋ-ਕਿਥੇ ਲਈਏ ਦੇ ਜੰਮੂ ਨੇ ਪਾਇਆ ਨਹੀਂ ਆਪਾਂ ਆਪੇ ਜੰਮੂ ਕੀ ਉਹਦਾ ਗੇ ਨਹੀਂ ਹੋ ਆਦਾ ਤੂੰ ਚਾਹਦੇ ਹੈ ਕਿ ਉੱਥੇ ਵੀ ਜਾਣ ਓਏ ਸਰ ਇੱਥੇ ਨਹੀਂ ਆਣ ਲੇਕਿਨ ਉਹ ਇਹਨਾਂ ਦੇ ਪਾਸ ਚੱਲਾ ਪਰ ਜੰਮੂ ਦੇ ਵਿੱਚ ਉਹਦਾ ਕੀ ਆ ਜੁਥਾ ਇੱਕ ਅੱਧੀ ਡਿਵੈਲਪਮੈਂਟ ਕਰਾਈ ਦੀ ਹੋਣੀ ਜੁਥਾ ਚਾਰ ਪੈਸੇ ਲਾਇੜੇ ਉਹਨੇ ਉਥੇ ਲਈਏ ਦੇ ਆ ਜੀ ਦੇਖੋ ਭਾਈ ਇੱਥੇ ਜੰਮੂ ਸਾਲਾ ਕਿੰਨਾ ਖੁਸ਼ਹਾਲ ਆ ਸਾਰੇ ਜੰਮੂ ਦੇ ਵਿੱਚ ਆ ਕੋਈ ਕਮੀ ਨਹੀਂ ਆ ਤੇ ਉਹ ਵੀ ਆਏ ਵਿਚਾਰੇ ਦਿਖੀ ਚਲੀ ਗਏ ਉਹਨੇ ਗੇ ਪਾਵਾ ਪਲ ਕੀ ਉਹਦਾ ਗੇ ਨਹੀਂ ਹੋ ਆਦਾ ਲੋਕ ਜਿਆ ਮਾਰਦਾ ਕੀ ਜੀ ਆਣ ਹਮ ਬਸ ਇਹੀ ਚੱਕਰ ਆਂਦਾ ਔਰ ਕੱਖ ਨਹੀਂ ਆਹੇ ਤੇ ਇਹ ਚਾਹ ਰਹੇ ਤੇ ਇਹ ਹਾਂ ਜੀ ਬਾਰ ਬਾਰ ਇਨ ਹੱਥ ਜੋੜੀਏ ਜਾਂਦੇ ਅਗਰ ਰਿਕਵੈਸਟ ਕਰ ਰਹੇ ਆ ਸਰ ਕਿ ਤੁਸੀਂ ਜਿਹੜਾ ਵਾਦਾ ਕੀਤਾ 2000 ਬਿਕਾਂਸੀ ਦਾ 2000 ਬਿਕਾਂਸੀ ਸਾਨੂੰ ਦੇੜੋ 2000 ਨਹੀਂ ਤੇ 1552 ਦੇੜੋ ਬਾਕੀ ਰੱਖ ਲਓ ਆਪਣੇ ਕੋਲ ਬਾਕੀ ਅਗਲੇ ਇਲੈਕਸ਼ਨ ਚ ਮਾੜੀ ਢੋ ਝੂਠ ਥੋੜਾ ਰਾ ਨਹੀਂ ਹੁਣ ਤੇ ਤੁਸੀਂ ਸਾਰੇ ਇਹ ਗੱਲ ਸਮਝ ਹੀ ਗਏ ਹੋ ਕਿ ਡਾਕਟਰ ਸਾਹਿਬ ਤੁਹਾਡੇ ਕੋਲ ਮਿਲਣ ਆਲੇ ਨਹੀਂ ਹਨ ਔਰ ਤੁਹਾਡੇ ਕੰਮ ਵੀ ਨਹੀਂ ਲੱਗਦਾ ਕਿ ਆਉਣਾ ਹੁਣ ਅਗਲੀ ਅਗਲੀ ਕਿਰਨ ਨਹੀਂ ਤੇ ਤੁਹਾਡੀ ਰਣਨੀਤੀ ਜਗਾ ਸਰ ਇਹ ਇਹਨੇ ਸੋਚਿਆ ਪਾਲਾ ਕੰਮ ਨਹੀਂ ਕਰਨਾ ਹੈ ਕਰਾਈ ਛੱਡਣਾ ਇਹਦੇ ਕੋਲ ਜਗਰਾ ਹੈ ਜ਼ਬਰਦਸਤੀ ਘਰਾਂ ਨੇ ਤੰਗ ਕਰਿਆ ਹੈ ਆਖਣਾ ਕਿ ਬੀਜੇਪੀ ਬੀਜਪੀ ਦੀ سپورਟ ਕਰੋ ਤੇ ਅਗਰ ਆਹ ਇੰਨਾ ਕਰ ਸਕਣਾ ਤੇ ਆਹ ਗੌਰ ਵੀ ਬੜਾ ਕੱਚ ਕਰ ਸਕਣਾ ਲੇਕਿਨ ਬਾਰ ਬਾਰ ਆਹ ਇੱਕ ਸ਼ਾਂਤੀਪੂਰਵਿੰਦੇ ਘੱਥ ਜੋੜਿਆ ਖਾਇਆ ਕਿ ਸਰ ਜਗਤ ਜਿੰਨਾ ਤੁਸੀਂ ਆਪਣੀ ਸੱਤਾ ਵਿੱਚ ਆਈਆ ਪਾਵਰਫੁੱਲ ਵਿੱਚ ਆਈਆ ਤੁਸੀਂ 300 ਸੱਤਾ ਤੋੜ ਸਕਣਿਓ ਰਾਮ ਅੰਦਰ ਦਾ ਫੈਸਲਾ ਕਰ ਸਕਣਿਓ ਇਹ ਡੇਡ ਫੈਸਲੇ ਕਰ ਸਕਦੇ ਤੁਸੀਂ ਤੇ ਇਹ ਨਿੱਕੀ ਆ ਦੀ ਮਾਮੂਲੀ ਆ ਦੀ ਗੱਲ ਹੈ 1556 82 ਦੇਣਾ ਤੁੰਦੇ ਬਸ ਨਿੱਕੀ ਆ ਦੀ ਗੱਲ ਆ ਅਗਰ ਜੇ ਤੁਸੀਂ ਇੱਕ ਟਵੀਡ ਕਰੀਆ ਆਈਪੀਐਸ ਦੀ 200 82 ਵਧਾਈ ਸਕਣਿਓ ਤੇ ਸਾਡਾ ਤਾਂ ਨਿੱਕਾ ਰ ਮਸਲਾ ਹੈ ਆਹੇ ਆਈਪੀਐਸ ਦੀ ਨੌਕਰੀ ਨਹੀਂ ਮੰਗਾਇਆ ਆਹ ਸਿਰਫ ਕਾਂਸਟੇਬਲ ਦੀ ਨੌਕਰੀ ਮੰਗਾਇਆ ਜਿਹੜਾ ਸਾਲਾ ਹੱਕ ਵੀ ਬਣਾਦਾ ਆਹ ਕੋਈ ਇੰਜ ਨਹੀਂ ਆ ਕਿ ਆਂ ਜੀ ਤੁਸੀਂ ਬੋਰਡ ਦਿੱਤੇ ਫਿਰ ਆਹੇ ਨੌਕਰੀ ਮੰਗਾਇਆ ਆਹ ਸਾਹਿਬ ਕਿਸ ਕੁਆਲੀਫਾਈ ਕਰਤਾ ਉਹ ਉਹਨੇ ਨਹੀਂ ਸਮਝ ਹੋਣੀ ਚਾਹੀਦੀ ਕਿ ਇਹ ਜੰਮੂ ਦੇ ਯੂਥ ਕਨਾਂ ਕਰ ਆਏ ਗਏ ਨੇ ਅੱਛਾ ਉਹ ਕਿ ਸ਼ਾਕਾ ਕਰਦੇ ਹੋ ਆ ਆਪ ਆਪਕੋ ਬੋਲਣਾ ਬੋਲੋ ਬੋਲੋ ਸਰ ਮੈਂ ਕੀ ਇਹ ਡਾਕਟਰ ਸਾਹ ਹੁੰਦੇ ਅੱਗੇ ਇਹ ਰਿਕਵੈਸਟ ਕਰਨਾ ਚਾਹਨਾ ਕਿ ਜਿੰਨੇ ਵੀ ਮੁੜੇ ਇਹਨੇ ਖੱਜਲ ਨਹੀਂ ਕਰੋ ਠੀਕ ਹੈ ਇਹ ਖੱਜਲ ਜਿੰਨੇ ਦਿਨ ਕਿਨਾ ਕੰਮ ਸੀ ਕਮ ਅੱਜ 70 ਦਿਨ ਕੋਣਾ ਉੱਪਰ ਹੋਈ ਹੈ ਸਾਡੇ 75 ਦਿਨ ਉਹ ਹੀ ਇਹ ਦਿਨ ਕਿ ਆਸਾ ਅੱਗੇ ਇੰਦੇ ਅੱਗੇ ਇਹ ਰਿਕਵੈਸਟ ਕਰਨੀ ਹੈ ਕਿ ਸਾਨੂੰ ਜਲਦੀ ਕੋਣਾ ਜਲਦੀ ਜੁਆਇਨਿੰਗ ਦੇਈਓ ਕਿਉਂਕਿ ਇਹ ਬੱਚੇ ਨੇ ਇਹਨੇ ਹੀ ਜਾਣ ਦੇ ਨੌਕਰੀਆਂ ਫਿਰ ਇਹ ਕੱਲ ਖੱਜਲ ਕਰੀਏ ਕੀ ਫਾਇਦਾ ਇਹਨੇ ਇਹਨੇ ਕੱਲ ਹੀ ਖੱਜਲ ਕਰਨ ਲੱਗੇ ਰੋ ਤੂੰ ਇਹ ਵਾਦਾ ਕੀਤਾ ਆਪਣਾ ਵਾਦਾ ਪੂਰਾ ਕਰੋ ਸਵੇਰੇ ਜੀਆਂ ਭਰਾ ਮੇਰੇ ਨੇ ਸੁਣਾਇਆ ਆ ਗਏ ਸਵੇਰੇ ਉਥੇ ਸਿਆਰ ਕਰਨ ਜਾਦੇ ਅਸ ਕੇ ਸਾਨੂੰ ਦੇਖੀ ਇਗਨੋਰ ਮਾਰਾ ਦੇ ਉਹ ਬੋਰਡ ਸਾੜੇ ਕੋਣਾ ਲੈਣੇ ਤੁਸੀਂ ਬੰਗਾਲਚਾ ਨਹੀਂ ਲੈਣੇ ਨੇ ਆਹੇ ਦੇਣਾ ਬੋਰਡ ਤੁਹਾਨੂੰ ਆਹੇ ਜਿਤਾਣਾ ਹੈ ਸਿਆਮ ਤੁਸੀਂ ਇੱਥੇ ਬੰਨਣਾ ਹੈ ਉਧਰ ਨਹੀਂ ਬਾਹਰ ਨਹੀਂ ਬੰਨਣਾ ਤੇ ਹੱਥ ਬੰਨ੍ਹਿਆ ਬੇਨਤੀ ਹੈ ਕਿ ਹੁਣ ਸੁਣ ਲਾ ਸਾਡੀ ਆਣੇ ਵਾਲੇ ਟਾਈਮ ਪਰ ਅੱਜ ਅਗਰ ਸਰ ਅੱਜ ਅਗਰ ਇਹ VOTING ਹੁੰਦੀ ਨਾ ਉਹਨੇ ਸਾਡੇ ਸਾਰੇ ਸਾਰੇ ਦਾ ਕੰਮ ਹੋਈ ਜਾਣਾ ਪਰ ਅੱਜ ਇਹ ਅਗਿ ਇਲੈਕਸ਼ਨ ਨਹੀਂ ਹੈ ਨਾ ਇੱਥੇ ਤਾਂ ਨਹੀਂ ਸਾਡਾ ਕੰਮ ਹੋਾ ਤਾਂ ਸਾਨੂੰ ਇਗਨੋਰ ਮਾਰਾ ਦੇ ਔਰ ਬੋਰਡ ਲੈਣੇ ਦੀ ਵਾਰੀ ਨਾ ਇਹਨੇ ਹੱਥ ਜੋੜੀ ਜੋੜੀ ਆਣਾ ਹੈ आज अस जोड़ा रहे ना कल इन्हें जोड़ना है फिर जो कल आग टाइम से आज इनका टाइम है टाइम आग फिर दिखे जाग तो ये बच्चे देखें आप कितने ज्यादा नाराज निराश और इग्नोर होने से तो और ज्यादा नाराज हो रहे हैं लेकिन हमें नहीं लगता कि इनको इग्नोर करना चाहिए था हम तो सिर्फ इतना कहेंगे कि बच्चे हैं आश्वासन दे सकते हैं आप आकर इनसे बातचीत करें इनको समझाने का प्रयास करें तो हो सकता है ये समझ जाए कि किस तरह से जो एडमिनिस्ट्रेशन हैं वो किस तरह से कार्य करते हैं इस तरह से वैकेंसीज नहीं क्रिएट होती ये अगर आप इन्हें समझा सकते तो शायद ये समझ जाते लेकिन इग्नोर होने की वजह से ये लोग ये बच्चे जो हैं परेशान हैं और अब तो ये कैंपेन भी कर रहे हैं जगह जगह प्रदर्शन कर रहे हैं और कह रहे हैं कि बाइकआउट करो इस भाजपा को बाकी आप लोग देखते रहें दैनिक समाचार मुझे और मेरे सहयोगी अरुण डोगरा को दैन नमस्कार